ਨਾ ਮੈਂ ਮੋਮੀ ਵਿੱਚ ਮਸੀਤਾ, ਨਾ ਮੈਂ ਮੋਮੀ ਵਿੱਚ ਮਸੀਤਾ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾ, ਨਾ ਮੈਂ ਮੂਸਾ ਨਾ ਫਿਰਾਉ। ਦਾਤਾ ਕੀ ਜਾਣਾ ਮੈਂ ਕੌਣ, ਦਾਤਾ ਕੀ ਜਾਣਾ ਮੈਂ ਕੌਣ। ਇਸ ਵਿੱਚ ਰਵਿਦਾਸ ਜੀ ਆਖਦੇ ਹਨ, ਹੇ ਮਾਧੋ ਮੇਰੇ ਵਰਗਾ ਹੋਰ ਕੋਈ ਨਿਮਾਣਾ ਨਹੀਂ, ਅਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ। ਮੇਰੀ ਕੰਗਾਲਤਾ ਦਾ ਹੁਣ ਹੋਰ ਪ੍ਰਤਾਵਾ ਕਰਨ ਦੀ ਲੋੜ ਨਹੀਂ। ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼ ਕਿ ਮੇਰਾ ਮਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ। ਸਦਾ ਸਦਕੇ ਹਾਂ, ਤੂੰ ਕਿਸ ਗੱਲੋਂ ਮੇਰੇ ਨਾਲ ਨਹੀਂ ਬੋਲਦਾ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਭਗਤ ਰਵਿਦਾਸ ਜੀ ਆਖਦੇ ਹਨ, ਹੇ ਮਾਧੋ ਮੈਂ ਤੇਥੋਂ ਕਈ ਜਨਮਾਂ ਤੋਂ ਵਿਛੜਿਆ ਆ ਰਿਹਾ ਹਾਂ, ਮਿਹਰ ਕਰ ਮੇਰਾ ਇਹ ਜਨਮ ਤੇਰੀ ਯਾਦ ਵਿੱਚ ਬੀਤੇ। ਕਹਿਰ ਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸਨ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, ਦਰਸ਼ਨ ਦੀ ਆਸ ਵਿੱਚ ਹੀ ਮੈਂ ਜਿਉਂਦਾ ਹਾਂ। ਹਮ ਸਰਦੀ